ਨਮਸਕਾਰ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਰਪ੍ਰੀਤ ਕੌਰ ਪਹਿਲਾਂ ਪੇਸ਼ ਨੇ ਚੌਣੀਆਂ ਖਬਰਾਂ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਅਨੁਸਾਰ ਪੌਣ ਪਾਣੀ ਤਬਦੀਲੀ ਨੇ ਭੋਜਨ ਤੇ ਪਾਣੀ ਦੀ ਸੁਰੱਖਿਆ ਨੂੰ ਲੈ ਕੇ ਚਿੰਤਾਵਾਂ ਵਧਾਈਆਂ ਨੇ ਕਿ ਹਾਇ ਇਸ ਨਾਲ ਨਜਿੱਠਣ ਲਈ ਠੋਸ ਕਾਰਵਾਈ ਸਮੇਂ ਦੀ ਲੋੜ ਹੈ ਭਾਰਤ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਬਰਤਾਨਵੀ ਹਾ ਮੋਦਾ ਨਾਲ ਆਬਿਲਾਸ਼ੀ ਮੁਕਤ ਵਪਾਰ ਸਮਝੌਤੇ ਦੀ ਪ੍ਰਕਿਰਤੀ ਤੇ ਕੀਤੀ ਚਰਚਾ ਨੇਪਾਲ ਵਿੱਚ ਪੁਚਾਲ ਦੇ ਛਟਕਿਆਂ ਨਾਲ ਹੋਏ ਨੁਕਸਾਨ ਵਿੱਚ 80 ਵਿਅਕਤੀਆਂ ਦੀ ਮੌਤ 140 ਜ਼ਖਮੀ ਕੇਂਦਰੀ ਵਣਜ ਤੇ ਸਨਤੀ ਰਾਜ ਮੰਤਰੀ ਸੋਮਪrakash ਨੇ ਗੁਰਦਾਸਪੁਰ ਵਿੱਚ ਕੇਂਦਰੀ ਸਕੀਮਾਂ ਦੀ ਪ੍ਰਤੀਦਾਲਿਆ ਜਾਇਜ਼ਾ ਤੇ ਖੇਡਾਂ ਤੇ ਯੁਵਾ ਮਾਮਲਿਆਂ ਬਾਰੇ ਕੇਂਦਰੀ ਮੰਤਰੀ ਅਨੁਰਾਗ ਸਿੰਘ ਠਾਕੁਰ ਵੱਲੋਂ ਅੰਡਰ ਤੇ ਉਮਰ ਵਰਗ ਵਿੱਚ ਭਾਰਤੀ ਮਹਿਲਾ ਪਲਵਾਨਾਂ ਦੀ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਲਈ ਸ਼ਲਾਘਾ ਤੇ ਹੁਣ ਖਬਰਾਂ ਵਿਸਾਰ ਨਾਲ ਰਾਸ਼ਟਰਪਤੀ ਦਰਾਪਦੀ ਮੁਰਮੂ ਨੇ ਕਿਹਾ ਕਿ ਜਲਵਾਯੂ ਤਬਦੀਲੀ ਨੇ ਭੋਜਨ ਤੇ ਪਾਣੀ ਦੀ ਸੁਰੱਖਿਆ ਨੂੰ ਲੈ ਕੇ ਚਿੰਤਾਵਾਂ ਵਧਾ ਦਿੱਤੀਆਂ ਨੇ ਇਸ ਲਈ ਇਸ ਮੁੱਦੇ ਨਾਲ ਨਜਿੱਠਣ ਲਈ ਠੋਸ ਕਾਰਵਾਈ ਸਮੇਂ ਦੀ ਲੋੜ ਹੈ ਰਾਸ਼ਟਰਪਤੀ ਨੇ ਸਵਦੇਸ਼ੀ ਗਿਆਨ ਨੂੰ ਸੰਭਾਲਣ ਉਸ ਅਨੁਸਾਰ ਚੱਲਣ ਤੇ ਰੋਜ਼ਾਨਾ ਦੇ ਜੀਵਨ ਵਿੱਚ ਉਸ ਦੀ ਵਰਤੋਂ ਦੀ ਲੋੜ ਤੇ ਜ਼ੋਰ ਦਿੱਤਾ ਨਵੀਂ ਦਿੱਲੀ ਵਿੱਚ ਕੌਮੀ ਪਦਰੀ ਕਲਾ ਪ੍ਰਦਰਸ਼ਨੀ ਦੇ ਉਦਘਾਟਨੀ ਸਮਾਗਮ ਦੌਰਾਨ ਬੋਲਦਿਆਂ ਰਾਸ਼ਟਰਪਤੀ ਮੁਰਮੂ ਨੇ ਕਿਹਾ ਕਿ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਜੰਗਲਾਤ ਖੇਤਰ ਦੀ ਸੁਰੱਖਿਆ ਕਰਨ ਵਾਲੇ ਲੋਕਾਂ ਨੂੰ ਸਮਾਜ ਵਿੱਚ ਉਹਨਾਂ ਦੇ ਅਧਿਕਾਰਾਂ ਯੋਗਸਾਨ ਤੇ ਮਾਨਤਾ ਤੋਂ ਵਾਂਝਾ ਨਾ ਰੱਖਿਆ ਜਾਵੇ। ਰਾਸ਼ਟਰਪਤੀ ਨੇ ਆਦੀਵਾਸੀ ਪਾਈਚਾਰੇ ਦੇ ਜੀਵਨ ਦੀਆਂ ਕਦਰਾਂ-ਕੀਮਤਾਂ ਨੂੰ ਸਨਮਾਨ ਦੇਣ ਦੀ ਵਕਾਲਤ ਵੀ ਕੀਤੀ। ਇਹ ਮਾਧਮ ਸੇ ਪਰਿਆਵਰਣਿਕ ਖੇਤਰ ਮੇਂ ਆਪਣਾ ਅਮੁੱਲ ਯੋਗਦਾਨ ਦਿਆ ਹੈ। ਆਜ ਵਿਸ਼ਵ ਕੇ ਕੁਲ ਬਾਘੋਂ ਕੀ 70% ਆਬਾਦੀ ਭਾਰਤ ਮੇਂ ਪਾਈ ਜਾਤੀ ਹੈ। ਇਸ ਉਪਲਬਧ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਬਰਤਾਨਵੀ ਹਾਮੋਦਾਰ ਰਿਸ਼ੀ ਸੋਨਕ ਨਾਲ ਆਭਿਲਾਸ਼ੀ ਵਪਾਰ ਸਮਝੌਤੇ ਦੀ ਮੌਜੂਦਾ ਸਥਿਤੀ ਬਾਰੇ ਫੋਨ ਤੇ ਗੱਲਬਾਤ ਕੀਤੀ ਇਸ ਸਾਲ ਦੇ ਅੰਤ ਵਿੱਚ ਇਸ ਸਮਝੌਤੇ ਨੂੰ ਅੰਤਿਮ ਰੂਪ ਦਿੱਤੇ ਜਾਣ ਦੀ ਸੰਭਾਵਨਾ ਹੈ ਬਰਤਾਨਵੀ ਪ੍ਰਧਾਨ ਮੰਤਰੀ ਦੇ ਦਫ਼ਤਰ ਦੇ ਇੱਕ ਬੁਲਾਰੇ ਨੇ ਦੋਵਾਂ ਆਗੂਆਂ ਦੀ ਗੱਲਬਾਤ ਮਗਰੋਂ ਜਾਰੀ ਬਿਆਨ ਵਿੱਚ ਕਿਹਾ ਕੇ ਭਾਰਤ ਅਤੇ ਬਰਤਾਨੀਆਂ ਵਿਚਾਲੇ ਹੋਣ ਜਾ ਰਹੇ ਮੁਕਤ ਵਪਾਰ ਸਮਝੌਤੇ ਦੀ ਗੱਲਬਾਤ ਬਾਰੇ ਹੋਈ ਪ੍ਰਕティ ਤੇ ਚਰਚਾ ਕੀਤੀ ਗਈ। ਇਸ ਦੌਰਾਨ ਇਸ ਸਮਝੌਤੇ ਨਾਲ ਜੁੜੇ ਵੱਖ-ਵੱਖ ਮੁੱਦਿਆਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ ਤਾਂ ਜੋ ਇਹ ਸਮਝੌਤਾ ਦੋਹਾਂ ਧਿਰਾਂ ਲਈ ਲਾਹੇਵੰਦ ਸਾਬਤ ਹੋਵੇ। ਸੂਚਨਾ ਤੇ ਪ੍ਰਸਾਰਣ ਮੰਤਰਾਲੇ ਨੇ ਪਾਇਰੇਸੀ ਦੇ ਕਾਰਨ ਫਿਲਮ ਸਨਤ ਨੂੰ ਹਰ ਬਰੇ ਹੋ ਰਹੇ 20000 ਕਰੋੜ ਰੁਪਏ ਦੇ ਨੁਕਸਾਨ ਨੂੰ ਰੋਕਣ ਲਈ ਵੱਡੇ ਕਦਮ ਚੁੱਕੇ ਨੇ। ਪਾਰਲੀਮੈਂਟ ਦੇ ਮੌਨਸੂਨ اجلاس ਤੋਂ ਬਾਅਦ ਸੰਸਦ ਵੱਲੋਂ ਸਿਨੇਮਟੋਗ੍ਰਾਫ ਸੋਧ ਕਾਨੂੰਨ 1952 ਨੂੰ ਪਾਸ ਕਰਨ ਤੋਂ ਬਾਅਦ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਨੇ ਪਾਇਰੇਸੀ ਦੇ ਖਿਲਾਫ ਸ਼ਿਕਾਇਤਾਂ ਪ੍ਰਾਪਤ ਕਰਨ ਤੇ ਵਿਚੋਲਿਆਂ ਨੂੰ ਡਿਜੀਟਲ ਪਲੇਟਫਾਰਮ ਤੇ ਪਾਇਰੇਟਿਡ ਸਮੱਗਰੀ ਨੂੰ ਹਟਾਉਣ ਦੇ ਨਿਰਦੇਸ਼ ਦੇਣ ਲਈ ਨੋਡਲ ਅਧਿਕਾਰੀਆਂ ਦਾ ਇੱਕ ਸੰਸਥਾਗਤ ਤੰਤਰ ਸਥਾਪਿਤ ਕੀਤਾ ਹੈ ਇੰਟਰਨੈਟ ਦੇ ਪਸਾਰ ਤੇ ਲਗਭਗ ਹਰੇਕ ਵਿਅਕਤੀ ਵੱਲੋਂ ਮੁਫਤ ਵਿੱਚ ਫਿਲਮੀ ਸਮੱਗਰੀ ਵੇਖਣ ਵਿੱਚ ਦਿਲਚਸਪੀ ਰੱਖਣ ਕਾਰਨ ਪਾਇਰੇਸੀ ਵਿੱਚ ਤੇਜ਼ੀ ਵੇਖੀ ਗਈ ਹੈ ਹੁਣ ਸਰਕਾਰੀ ਕਾਰਵਾਈ ਨਾਲ ਪਾਇਰੇਸੀ ਦੇ ਮਾਮਲੇ ਵਿੱਚ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਵੱਲੋਂ ਤੁਰੰਤ ਕਾਰਵਾਈ ਕੀਤੀ ਜਾ ਸਕੇਗੀ ਤੇ ਫਿਲਮ ਸੰਨਤ ਨੂੰ ਰਾਹਤ ਮਿਲੇਗੀ ਇਸ ਬਿੱਲ ਬਾਰੇ ਸੰਸਦ ਵਿੱਚ ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ ਕਿਹਾ ਸੀ ਕਿ ਇਸ ਕਾਨੂੰਨ ਦਾ ਉਦੇਸ਼ ਫਿਲਮ ਪਾਇਰੇਸੀ ਤੇ ਰੋਕ ਲਗਾਉਂਦੀ ਫਿਲਮ ਸੰਨਤ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਨੂੰ ਪੂਰਾ ਕਰਨਾ ਹੈ ਸੋਧ ਅਨੁਸਾਰ ਪਾਇਰੇਸੀ ਲਈ ਘੱਟੋ-ਘੱਟ 3 ਮਹੀਨੇ ਦੀ ਕੈਦ ਤੇ 3 ਲੱਖ ਰੁਪਏ ਤੱਕ ਦੇ ਜੁਰਮਾਨੇ ਦੀ ਸਖਤ ਸਜ਼ਾ ਸ਼ਾਮਿਲ ਹੈ ਜਿਸ ਨੂੰ ਅੱਗੋਂ 3 ਸਾਲ ਹੋਰ ਵਧਾਇਆ ਜਾ ਸਕਦਾ ਹੈ ਦੇਸ਼ ਔਰ ਦੁਨੀਆ ਭਰ ਮੈਂ ਪਾਇਰੇਸੀ ਕੋ ਲੈ ਕੇ बहुत चिंता व्यक्त की जाती है और ये माना जाता है कि भारत में 20 से पच्चीस हज़ार करोड़ रुपये का सालाना नुकसान होता है पायरेसी के कारण और इसमें जो कंटेंट क्रिएटर हैं उनको सबसे बड़ी मुश्किल आती है कि बनाने में सालों लग जाते हैं और चुराने वाले चंद मिनट में चुराते भी हैं दुनिया में दिखाते हैं और करोड़ों कमाते हैं इसके ਭਾਰਤ ਦੇ ਗੁਆਂਡੀ ਦੇਸ਼ ਨੇਪਾਲ ਵਿੱਚ ਲੰਗੀ ਰਾਤ ਪੁਚਾਲ ਦੇ ਝਟਕਿਆਂ ਨਾਲ ਹੋਏ ਨੁਕਸਾਨ ਵਿੱਚ ਤਕਰੀਬਨ 80 ਵਿਅਕਤੀਆਂ ਦੀ ਮੌਤ ਤੇ 140 ਵਿਅਕਤੀਆਂ ਦੇ ਜ਼ਖਮੀ ਹੋਣ ਦੀ ਖਬਰ ਹੈ ਰੈਕਟਰ ਪੈਮਾਨੇ ਤੇ ਪੁਚਾਲ ਦੀ ਤੀਬਰਤਾ 6.4 ਨਾਪੀ ਗਈ ਇਨ੍ਹਾਂ ਝਟਕਿਆਂ ਨਾਲ ਕਈ ਇਮਾਰਤਾਂ ਟਹਿਟੇ ਰਹੀ ਹੋ ਗਈਆਂ ਪੁਚਾਲ ਦੇ ਚਲਦਿਆਂ ਰੁਕਮ ਪੱਛਮ ਦੇ ਖੇਤਰ ਵਿੱਚ 28 ਤੇ ਜਾਜਰਕੋਟ ਇਲਾਕੇ ਵਿੱਚ 20 ਮੌਤਾਂ ਹੋਈਆਂ ਰਾਹਤ ਤੇ ਬਚਾਅ ਕਾਰਜ ਤੇਜ਼ੀ ਨਾਲ ਜਾਰੀ ਨੇ ਇਧਰ ਦਿੱਲੀ ਐਨਸੀਆਰ ਉੱਤਰ ਪ੍ਰਦੇਸ਼ ਬਿਹਾਰ ਉਤਰਾਖੰਡ ਤੇ ਹਰਿਆਣਾ ਸਮੇਤ ਦੇਸ਼ ਦੇ ਕਈ ਹਿੱਸਿਆਂ ਵਿੱਚ 20 ਬੀਤੀ ਰਾਤ 11:32 ਵਜੇ ਬੱਤੀ ਮਿੰਟ ਤੇ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਕੇਂਦਰੀ ਵਣਜ ਤੇ ਸਨਤ ਰਾਜ ਮੰਤਰੀ ਸੋਮਪrakash ਨੇ ਕਲ ਗੁਰਦਾਸਪੁਰ ਦੇ ਸਥਾਨਕ ਪੰਚਾਇਤ ਪਵਨ ਵਿਖੇ ਜ਼ਿਲ੍ਹਾ ਵਿਕਾਸ ਨਾਲ ਮੇਲ ਤੇ ਨਿਗਰਾਨ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕਿਹਾ ਕਿ ਸਰਕਾਰ ਦੀਆਂ ਵੱਖ-ਵੱਖ ਸਕੀਮਾਂ ਨੂੰ ਸੂਚਾਰੂ ਢੰਗ ਨਾਲ ਲਾਗੂ ਕੀਤਾ ਜਾਵੇ ਤਾਂ ਜੋ ਇਹਨਾਂ ਸਕੀਮਾਂ ਦਾ ਲਾਭ ਸਬੰਧਤ ਲਾਭਪਾਤਰੀਆਂ ਤੱਕ ਪਹੁੰਚਾਇਆ ਜਾ ਸਕੇ। ਇਸ ਦੌਰਾਨ ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਪ੍ਰਧਾਨ ਮੰਤਰੀ ਸਵੈ ਨਿਧੀ ਯੋਜਨਾ ਤੇ ਵਿਸ਼ਵਕਰਮਾ ਯੋਜਨਾ ਤੇ ਹੋਰ ਗੰਭੀਰਤਾ ਨਾਲ ਕੰਮ ਕਰਨ ਦੀਆਂ ਹਦਾਇਤਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਸਕਿੱਲ ਡਿਵੈਲਪਮੈਂਟ ਦੀ ਸਿਖਲਾਈ ਦੇ ਕੇ ਉਨ੍ਹਾਂ ਨੂੰ ਸਵੈ ਰੋਜ਼ਗਾਰ ਸ਼ੁਰੂ ਕਰਨ ਲਈ ਪ੍ਰਧਾਨ ਮੰਤਰੀ ਸਵੈ ਰੋਜ਼ਗਾਰ ਸਕੀਮ ਤਹਿਤ ਬੈਂਕਾਂ ਤੋਂ ਸਬਸਿਡੀ ਲਈ ਕਰਜ਼ੇ ਦੁਆਏ ਜਾਣ। ਐਜ਼ੁਰਾਨ ਨੇ ਉਹਨਾਂ ਕੇਂਦਰ ਸਰਕਾਰ ਦੀਆਂ ਚੱਲ ਰਹੀਆਂ ਵੱਖ-ਵੱਖ ਸਮਾਜਿਕ ਯੋਜਨਾਵਾਂ ਤੇ ਨੈਸ਼ਨਲ ਹਾਈਵੇਅ ਅਥਾਰਟੀ ਦੇ ਕੰਮਾਂ ਦਾ ਵੀ ਜਾਇਜ਼ਾ ਲਿਆ ਉਹਨਾਂ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਦੇ ਨਿਰਮਾਣ ਕਾਰਜਾਂ ਵਿੱਚ ਹੋਰ ਗੰਭੀਰਤਾ ਨਾਲ ਕੰਮ ਕਰਨ ਦੇ ਨਿਰਦੇਸ਼ ਦਿੰਦਿਆਂ ਕਿਹਾ ਕਿ ਸ਼ੁਰੂ ਕੀਤੇ ਗਏ ਕੰਮਾਂ ਨੂੰ ਜਲਦ ਮੁਕੰਮਲ ਕਰਕੇ ਉਹਨਾਂ ਦੇ ਵਰਤੋਂ ਸਰਟੀਫਿਕੇਟ ਭੇਜੀ ਜਾਣ

ਉਨਾ ਕਾਕੇ ਪੰਜਾਬ ਵਿੱਚ ਕਾਨੂੰਨ ਵਿਵਸਥਾ ਵੈਂਟੀਲੇਟਰ ਤੇ ਆ ਗਈ ਹੈ ਪੰਜਾਬ ਦੀ ਬਠਿੰਡਾ ਕੇਂਦਰੀ ਜੇਲ੍ਹ ਵਿੱਚ ਬੰਦ ਕੈਦੀਆਂ ਕੋਲੋਂ ਮਾਰਚ 2022 ਤੋਂ ਮਾਰਚ 2023 ਤੱਕ 48 ਮੋਬਾਈਲ ਬਰਾਮਦ ਹੋਏ ਨੇ ਇਨ੍ਹਾਂ ਮੋਬਾਈਲਾਂ ਨਾਲ ਜੇਲ੍ਹ ਅੰਦਰ ਬੈਠਾ ਮਾਫੀਆ ਤੰਤਰ ਆਪਣਾ ਕਾਰੋਬਾਰ ਚਲਾ ਰਿਹਾ ਹੈ ਵਪਾਰੀ ਤੱਕੇਸ਼ਾਈ ਦਾ ਸ਼ਿਕਾਰ ਹੋ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਵਿੱਚ ਕਰਜ਼ੇ ਦੀ ਪੰਡ ਚੁੱਕ ਕੇ ਦਿੱਲੀ ਦੇ ਮੁੱਖ ਮੰਤਰੀ ਦੀ ਸੇਵਾ ਵਿੱਚ ਰੁੱਝੇ ਹੋਏ ਨੇ ਜਿਹੜੀ ਪੰਜਾਬ ਲਈ ਬਹੁਤ ਮੰਦਪਾਗੀ ਗੱਲ ਹੈ ਹਵਾ ਪ੍ਰਦੂਸ਼ਣ ਦੀ ਸਥਿਤੀ ਬਾਰੇ ਕੌਮੀ ਗ੍ਰੀਨ ਟ੍ਰਿਬਿਊਨਲ ਨੇ ਕਿਹਾ ਹੈ ਕਿ 에ਅਰ ਕੁਆਲਿਟੀ ਇੰਡੈਕਸ ਵੱਖ-ਵੱਖ ਸ਼ਹਿਰਾਂ ਵਿੱਚ ਗੰਭੀਰ ਸਥਿਤੀ ਨੂੰ ਦਰਸਾ ਰਿਹਾ ਹੈ। ਐਨਜੀਟੀ ਨੇ ਖਰਾਬ ਆਬੋ ਹਵਾ ਵਾਲੇ ਸ਼ਹਿਰਾਂ ਵਿੱਚ ਹਵਾ ਪ੍ਰਦੂਸ਼ਣ ਦੀ ਰੋਕਥਾਮ ਲਈ ਫੌਰੀ ਤੌਰ ਤੇ ਟੁਕਵੀਂ ਕਾਰਵਾਈ ਕਰਨ ਦੀ ਹਦਾਇਤ ਦਿੱਤੀ ਤਾਂ ਜੋ ਆਮ ਲੋਕਾਂ ਲਈ ਹਵਾ ਦੀ ਬਿਹਤਰ ਗੁਣਵੱਤਾ ਨੂੰ ਯਕੀਨੀ ਬਣਾਇਆ ਜਾ ਸਕੇ। ਟ੍ਰਿਬਿਊਨਲ ਨੇ ਉਨ੍ਹਾਂ ਸਾਰੇ ਸੂਬਿਆਂ ਦੇ ਮੁਖ ਸਕੱਤਰਾਂ ਤੋਂ ਜਵਾਬ ਮੰਗਿਆ ਹੈ ਜਿੱਥੇ ਹਵਾ ਦੀ ਗੁਣਵੱਤਾ ਗੰਭੀਰ ਤੇ ਬਹੁਤ ਖਰਾਬ ਸਥਿਤੀ ਵਿੱਚ ਬਣੀ ਹੋਈ ਹੈ। ਟ੍ਰਿਬਿਊਨਲ ਨੇ ਫੌਰੀ ਟੁਕਵੀਂ ਕਾਰਵਾਈ ਕਰਦਿਆਂ ਸਥਿਤੀ ਰਿਪੋਰਟ 10 ਨਵੰਬਰ ਤੱਕ ਪੇਸ਼ ਕਰਨ ਦੇ ਹੁਕਮ ਦਿੱਤੇ ਨੇ। ਇਹਦਰ ਪੰਜਾਬ ਤੇ ਹਰਿਆਣਾ ਵਿੱਚ ਵੀ ਆਬੋ ਹਵਾ ਜ਼ਹਿਰੀਲੀ ਹੋ ਗਈ ਹੈ। ਕੱਲ ਸਵੇਰ ਤੋਂ ਹੀ ਪੰਜਾਬ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਤੰਦ ਵਰਗਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ। ਜਿਸ ਵਿੱਚ ਕੱਲ ਬਾਦ ਦੁਪਹਿਰ ਤੋਂ ਹੋਰ ਜ਼ਿਆਦਾ ਹਨੇਰਾ ਦੇਖਣ ਨੂੰ ਮਿਲ ਰਿਹਾ ਹੈ। ਸ਼ਾਮ ਵੇਲੇ ਖਾਸ ਕਰ ਬਜ਼ੁਰਗਾਂ ਤੇ ਬੱਚਿਆਂ ਨੂੰ ਸਾਹ ਲੈਣ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭਾਰਤ-ਪਾਕਿਸਤਾਨ ਸਰਹੱਦੀ ਤਾਇਨਾਤ ਸੀਮਾ ਸੁਰੱਖਿਆ ਬਲ ਦੀ 144ਵੀਂ ਬਟਾਲੀਅਨ ਨੇ ਅਟਾਰੀ ਸਰਹੱਦ ਤੋਂ ਇੱਕ ਡਰੋਨ ਤੇ ਅੱਧਾ ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਬੀਐਸਐਫ ਨੂੰ ਖੇਤਰ ਵਿੱਚ ਗੈਰ-ਕਾਨੂੰਨੀ ਸਰਗਰਮੀਆਂ ਦੀ ਪੱਕੀ ਸੂਹ ਮਿਲੀ ਸੀ ਜਿਸ ਮਗਰੋਂ ਉਹਨਾਂ ਨੇ ਅੰਮ੍ਰਿਤਸਰ ਦਿਹਾਤੀ ਪੁਲਿਸ ਦੀ ਮਦਦ ਨਾਲ ਇਲਾਕੇ ਵਿੱਚ ਪਹੁੰਚਣ ਦਾ ਕੰਮ ਕੀਤਾ। ਸੁਰੱਖਿਆ ਦਸਿਆਵਾਂ ਵੱਲੋਂ ਚਲਾਏ ਗਏ ਆਪਰੇਸ਼ਨ ਦੌਰਾਨ ਡਰੋਨ ਤੇ ਹੈਰੋਇਨ ਬਰਾਮਦ ਕੀਤੀ ਗਈ ਹੈ। ਪਠਾਨਕੋਟ ਪੁਲਿਸ ਨੇ ਪੰਜਾਬ, ਜੰਮੂ-ਕਸ਼ਮੀਰ ਤੇ ਹਿਮਾਚਲ ਪ੍ਰਦੇਸ਼ ਰਾਜਾਂ ਵਿੱਚ ਚੱਲ ਰਹੇ ਕ੍ਰਿਕਟ ਵਿਸ਼ਵ ਕਾਪਨਾਲ ਜੁੜੇ ਇੱਕ ਅੰਤਰਰਾਸ਼ਟਰੀ ਸੱਟੇਬਾਜ਼ੀ ਗਿਰੋਹ ਦਾ ਪਰਦਾਫਾਸ਼ ਕਰਨ ਦਾ ਦਾਵਾ ਕੀਤਾ ਹੈ। ਪੁਲਿਸ ਵੱਲੋਂ ਇਸ ਗਿਰੋਹ ਦੇ 8 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ ਉਹਨਾਂ ਤੋਂ 11,50,000 ਰੁਪਏ ਦੀ ਨਕਦੀ, 8 ਮੋਬਾਈਲ ਤੇ ਲਗਜ਼ਰੀ ਕਾਰਾਂ ਬਰਾਮਦ ਕੀਤੀਆਂ ਗਈਆਂ ਨੇ। ਪੁਲਿਸ ਵੱਲੋਂ ਇਨ੍ਹਾਂ ਖਿਲਾਫ ਕੇਸ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਗਈ ਹੈ। ਖੇਡਾਂ ਦੇ ਯੁਵਾ ਮਾਮਲਿਆਂ ਬਾਰੇ ਕੇਂਦਰੀ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ ਅੰਡਰ 23 ਉਮਰ ਵਰਗ ਵਿੱਚ ਮਹਿਲਾ ਪਲਵਾਨਾ ਵੱਲੋਂ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਦੌਰਾਨ 9 ਤਮਗੇ ਜਿੱਤਣ ਤੇ ਤੀਜਾ ਸਾਨ ਹਾਸਲ ਕਰਨ ਲਈ 파ਰਟੀ ਟੀਮ ਦੀ ਸ਼ਲਾਗਾ ਕੀਤੀ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਅਨੁਰਾਗ ਸਿੰਘ ਠਾਕੁਰ ਨੇ ਲਿਖਿਆ ਕਿ ਸ਼ਾਨਦਾਰ ਜਜ਼ਬੇ ਤੇ ਤਾਕਤ ਦਾ ਪ੍ਰਦਰਸ਼ਨ ਕਰਕੇ ਦੇਸ਼ ਦੇ ਹੋਣ ਹਾਰ ਪਲਵਾਨਾ ਨੇ ਨਾਮਣਾ ਖਟਿਆਈ। ਉਨਾਂ ਇਸ ਗੱਲ ਤੇ ਖੁਸ਼ੀ ਪ੍ਰਗਟਾਈ ਕਿ ਖੇਲੋ ਇੰਡੀਆ ਯੋਜਨਾ ਤਹਿਤ ਸਿਖਲਾਈ ਲੈਣ ਵਾਲੀ ਪਹਿਲਵਾਨ ਰਿਤਿਕਾ ਨੇ 60 ਕਿਲੋਗ੍ਰam ਭਾਰ ਵਰਗ ਵਿੱਚ ਵਿਸ਼ਵ ਪੱਧਰ ਤੇ ਆਪਣੀ ਖੇਡ ਦਾ ਪ੍ਰਦਰਸ਼ਨ ਕਰਦਿਆਂ ਪਹਿਲੀ ਅੰਡਰ 23 ਮਹਿਲਾ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਬਣਨ ਦਾ ਮਾਣ ਹਾਸਲ ਕੀਤਾ ਹੈ। ਇਸ ਮੁਕਾਬਲੇ ਦੌਰਾਨ ਨੀਹਾ ਸ਼ਰਮਾ ਨੇ 55 ਕਿਲੋਗ੍ਰam ਤੇ ਜੋਤੀ ਬੇਰਵਾਲ ਨੇ 72 ਕਿਲੋਗ੍ਰam ਵਿੱਚ ਦੇਸ਼ ਲਈ ਚਾਂਦੀ ਦਾ ਤਮਗਾ ਹਾਸਲ ਕੀਤਾ। ਮਹਿਲਾ ਪਲਵਾਨਾ ਰੀਨਾ ਨੇ 57 ਕਿਲੋਗ੍ਰam, ਨਿਤਿਕਾ ਨੇ 59 ਕਿਲੋਗ੍ਰam ਤੇ ਮੋਨਿਕਾ ਨੇ 65 ਕਿਲੋਗ੍ਰam ਭਾਰ ਵਰਗ ਵਿੱਚ ਦੇਸ਼ ਲਈ ਕਾਂਸੀ ਦਾ ਤਮਗਾ ਹਾਸਲ ਕੀਤਾ। ਇਸੇ ਮੁਕਾਬਲੇ ਦੇ ਮਰਦਾਂ ਦੇ ਵਰਗ ਵਿੱਚ ਨਵੀਨ ਨੇ 74 ਕਿਲੋਗ੍ਰam ਸਾਗਰ ਜਗਲਾਨ ਨੇ 79 ਕਿਲੋਗ੍ਰam ਦੇ ਫ੍ਰੀ ਸਟਾਈਲ ਵਰਗ ਤੇ ਸੁਮਿਤ ਨੇ ਮਰਦਾਂ ਦੇ 60 ਕਿਲੋਗ੍ਰam ਭਾਰ ਵਰਗ ਦੇ ਗ੍ਰੀਕੋ ਰੋਮਨ ਵਰਗ ਵਿੱਚ ਦੇਸ਼ ਲਈ ਕਾਂਸੀ ਦਾ <em>ਤਮਗਾ ਜਿੱਤਿਆ।</em> ਕੇਂਦਰੀ ਮੰਤਰੀ ਨੇ ਕਿਹਾ ਕਿ ਇਹਨਾਂ ਪਲਵਾਨਾਂ ਨੇ ਆਪਣੀ ਯੋਗਤਾ ਦਾ ਪ੍ਰਦਰਸ਼ਨ ਕਰਦੇ ਹੋਏ ਦੇਸ਼ ਲਈ ਸਹੀ ਮਾਇਨੇ ਵਿੱਚ ਨਾਮਣਾ ਖੱਟਿਆ। ਇਹਨਾਂ ਪਲਵਾਨਾਂ ਵੱਲੋਂ ਭਵਿੱਖ ਦੇ ਮੁਕਾਬਲਿਆਂ ਦੌਰਾਨ ਹੋਰ ਵੀ ਚੰਗੇਰਾ ਪ੍ਰਦਰਸ਼ਨ ਕਰਨ ਦੀ ਕਾਮਨਾ ਕੀਤੀ ਹੈ। Indian Oil Mumbai ਦੀ ਟੀਮ ਨੇ 40ਵੇਂ ਸਰਜੀਥਾ ਕੀ ਟੂਰਨਾਮੈਂਟ ਦਾ ਖਿਤਾਬ ਪੰਜਵੀਂ ਵਾਰ ਜਿੱਤ ਲਿਆਏ ਜਲੰਧਰ ਦੇ 올ੰਪੀਅਨ ਸਰਜੀਥਾ ਕੀ ਸਟੇਡੀਅਮ ਵਿੱਚ ਖੇਡੇ ਗਏ ਫਾਈਨਲ ਮੁਕਾਬਲੇ ਵਿੱਚ Indian Oil Mumbai ਦੀ ਟੀਮ ਨੇ ਕੈਕ ਦਿੱਲੀ ਨੂੰ 3 ਦੇ ਮੁਕਾਬਲੇ 5 ਗੋਲਾਂ ਦੇ ਫਰਕ ਨਾਲ ਹਰਾ ਕੇ ਇਹ ਮੁਕਾਬਲਾ ਜਿੱਤਿਆ ਜੇਤੂ ਟੀਮ ਵੱਲੋਂ ਕਮਾਂਤਰੀ ਖਿਡਾਰੀ ਗੁਰਜਿੰਦਰ ਸਿੰਘ ਨੇ ਹੈਟਟ੍ਰਿਕ ਲਗਾਈ ਜੇਤੂਆਂ ਨੂੰ ਸੂਬੇ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਸਨਮਾਨਿਤ ਕੀਤਾ ਮੁਕਾਬਲੇ ਦੌਰਾਨ ਪੰਜਾਬ ਪੁਲਿਸ ਜ਼ਿਲंधर ਦੇ ਖਿਡਾਰੀ 올म्पियन ਮਨਪ੍ਰੀਤ ਸਿੰਘ ਨੇ ਟੂਰਨਾਮੈਂਟ ਦਾ ਸਭ ਤੋਂ ਵਧੀਆ ਖਿਡਾਰੀ ਤੇ ਇੰਡੀਅਨ ਆਇਲ ਦੇ ਰਾਜਵੀਰ ਸਿੰਘ ਨੂੰ ਟੂਰਨਾਮੈਂਟ ਦਾ ਸਭ ਤੋਂ ਉੱਬਰ ਦਾ ਖਿਡਾਰੀ ਦੇ ਤੌਰ ਤੇ ਸਨਮਾਨਿਤ ਕੀਤਾ ਗਿਆ ਮੁੱਖ ਮਹਿਮਾਨ ਨੇ ਜ਼ੋਰਾਂ ਨੇਸ਼ੀਆਈ ਖੇਡਾਂ ਵਿੱਚ ਸੋਨ ਤਮਗਾ ਜਿੱਤਣ ਵਾਲੀ ਭਾਰਤੀ ਹਾਕੀ ਟੀਮ ਵਿੱਚ ਸ਼ਾਮਲ ਪੰਜਾਬੀ ਖਿਡਾਰੀਆਂ ਨੂੰ ਵਿਸ਼ੇਸ਼ ਤੌਰ ਤੇ ਸ਼ੁਭ ਕਾਮਨਾਵਾਂ ਦਿੱਤੀਆਂ ਗੋਆ ਵਿੱਚ ਖੇਡੀਆਂ ਜਾ ਰਹੀਆਂ 37ਵੀਂ ਆ ਕੌਮੀ ਖੇਡਾਂ ਵਿੱਚ ਮਹਾਰਾਸ਼ਟਰ ਨੇ 60 ਸੋਨ ਤਮਗੀਆਂ ਸਮੇਤ 188 ਮੈਡਲ ਜਿੱਤ ਕੇ ਤਮਗਾ ਸੂਚੀ ਵਿੱਚ ਆਪਣੀ ਸਰਦਾਰੀ ਕਾਇਮ ਰੱਖੀ ਹੋਈ ਹੈ ਸਰਵਿਸਿਜ਼ ਕੰਟਰੋਲ ਬੋਰਡ ਦੀ ਟੀਮ 44 ਸੋਨ ਤਮਗੀਆਂ ਸਮੇਤ 82 ਮੈਡਲਾਂ ਨਾਲ ਦੂਜੇ ਸਥਾਨ ਤੇ ਚੱਲ ਰਹੀ ਹੈ ਪੰਜਾਬ ਨੇ ਹੁਣ ਤੱਕ 6 ਸੋਨ ਤਮਗੀਆਂ ਸਮੇਤ 44 ਮੈਡਲ ਜਿੱਤੇ ਨੇ ਤੇ ਉਹ ਤਮਗਾ ਸੂਚੀ ਵਿੱਚ 11ਵੇਂ ਸਥਾਨ ਤੇ ਬਣਿਆ ਹੋਇਆ ਏ ਮੇਜ਼ਬਾਨ ਗੋਆ 2 ਸੋਨ ਤਮਗੇ ਜਿੱਤ ਕੇ 22ਵੇਂ ਸਥਾਨ ਤੇ ਚੱਲ ਰਿਹਾ ਏ ICC ਵਿਸ਼ਵ ਕ੍ਰਿਕਟ ਕੱਪ ਮੁਕਾਬਲੇ ਵਿੱਚ ਅੱਜ ਦੋ ਮੈਚ ਖੇਡੇ ਜਾਣਗੇ ਸਵੇਰੇ 10:30 ਵਜੇ ਬੰਗਲੌਰ ਵਿੱਚ ਨਿਊਜ਼ੀਲੈਂਡ ਤੇ ਪਾਕਿਸਤਾਨ ਵਿਚਾਲੇ ਮੁਕਾਬਲਾ ਹੋਵੇਗਾ ਜਦਕਿ ਦੂਜਾ ਮੈਚ ਬਾਅਦ ਦੁਪਹਿਰ 2 ਵਜੇ ਤੋਂ ਅਹਮਦਾਬਾਦ ਵਿੱਚ ਆਸਟ੍ਰੇਲੀਆ ਤੇ ਇੰਗਲੈਂਡ ਵਿਚਾਲੇ ਖੇਡਿਆ ਜਾਵੇਗਾ ਕੱਲ ਲਖਨਊ ਵਿੱਚ ਖੇਡੇ ਗਏ ਮੈਚ ਦੌਰਾਨ ਅਫਗਾਨਿਸਤਾਨ ਨੇ ਨੀਦਰਲੈਂਡ ਨੂੰ 7 ਵਿਕਟਾਂ ਨਾਲ ਹਰਾ ਕੇ ਸੈਮੀਫਾਈਨਲ ਵਿੱਚ ਪੁੱਜਣ ਦੀ ਆਪਣੀਆਂ ਸੰਭਾਵਨਾਵਾਂ ਨੂੰ ਕਾਇਮ ਰੱਖਿਆ ਪਹਿਲਾਂ ਖੇਡਦਿਆਂ ਨੀਦਰਲੈਂਡ ਦੀ ਟੀਮ 179 ਦੌੜਾਂ ਬਣਾ ਕੇ ਆਊਟ ਹੋ ਗਈ ਜਵਾਬ ਵਿੱਚ ਅਫਗਾਨਿਸਤਾਨ ਦੀ ਟੀਮ ਨੇ 32ਵੇਂ ਓ ਆਰਟੀਟੀ ਮੌਜੂਦਾ ਵਿਸ਼ਵ ਕੱਪ ਦੇ ਸੈਮੀਫਾਈਨਲ ਵਿੱਚ ਜਗ੍ਹਾ ਬਣਾਉਣ ਵਾਲੀ ਪਹਿਲੀ ਟੀਮ ਬਣ ਗਈ ਹੈ ਭਾਰਤ ਦੀ ਟੀਮ ਅੰਕ ਸੂਚੀ ਵਿੱਚ ਵੀ ਆਪਣੇ ਹੁਣ ਤੱਕ ਖੇਡੇ ਸਾਰੇ 7 ਮੈਚ ਜਿੱਤ ਕੇ ਸਿਖਲੈ ਸਾਂ ਤੇ ਬਣੀ ਹੋਈ ਹੈ ਤੇ ਇਸ ਦੇ ਨਾਲ ਹੀ ਖਬਰਾਂ ਦਾ ਇਹ ਬਲੇਟਨ ਖਤਮ ਹੁੰਦਾ ਹੈ ਆ ਗਿਆ ਦਿਓ ਨਮਸਕਾਰ